ਬਾਲੀਵੁੱਡ ਦੇ ਗੋਡਫਾਦਰ ਸਲਮਾਨ ਖਾਨ ਦੀ ਮੂਵੀ ਰੇਸ 3 ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ ਤੋਂ ਪਹਿਲਾਂ ਇਸ ਮੂਵੀ ਦੀ ਸਕਰੀਨਿੰਗ ਵੀ ਕੀਤੀ ਗਈ ਤੇ ਇਸ ਮੂਵੀ ਦੀ ਸਕਰੀਨਿੰਗ ਤੇ ਪਹੁੰਚੇ ਬਾਲੀਵੁੱਡ ਦੇ ਕਈ ਜਾਣੇ ਮਾਣੇ ਸਿਤਾਰੇ। ਹੁਣ ਤੁਹਾਨੂੰ ਦਿਖਾਉਂਦੇ ਹਾਂ ਇਸ ਮੂਵੀ ਦੀ ਸਕਰੀਨਿੰਗ ਦੇ ਸਮੇਂ ਦਾ ਮਾਹੌਲ ਤੇ ਕਿਹੜੇ ਕਿਹੜੇ ਬਾਲੀਵੁੱਡ ਦੇ ਸਟਾਰ ਇਸ ਮੂਵੀ ਦੀ ਸਕਰੀਨਿੰਗ ਨੂੰ ਦੇਖਣ ਲਈ ਪਹੁੰਚੇ। ਇਸ ਤੋਂ ਇਲਾਵਾ ਕਈ ਸਿਤਾਰਿਆਂ ਵੱਲੋਂ ਇਸ ਸਕਰੀਨਿੰਗ ਦੇ ਸਮੇਂ ਬੜੇ ਕ੍ਰੀਏਟਿਵ ਵੇ ਦੇ ਨਾਲ ਐਂਟਰੀ ਕੀਤੀ ਗਈ, ਜਿਨ੍ਹਾਂ ਵਿੱਚੋਂ ਇੱਕ ਸੀ ਫ੍ਰੈਡੀ ਦਾਰੂਵਾਲਾ, ਜਿਨ੍ਹਾਂ ਨੇ ਐਂਟਰੀ ਕੁਝ ਇਸ ਤਰ੍ਹਾਂ ਕੀਤੀ। ਇਸ ਸਭ ਤੋਂ ਇਲਾਵਾ ਸਲਮਾਨ ਖਾਨ ਜੀ ਨੇ ਇਸ ਪੂਰੇ ਫੰਕਸ਼ਨ ਨੂੰ ਹੋਸਟ ਕੀਤਾ ਤੇ ਨਾਲ ਹੀ ਉਹ ਬਹੁਤ ਜ਼ਿਆਦਾ ਐਕਸਾਈਟਡ ਨਜ਼ਰ ਆਏ ਰੇਸ 3 ਨੂੰ ਲੈ ਕੇ। ਸੋ ਤੁਸੀਂ ਵੀ ਇਹ ਮੂਵੀ ਦੇਖੋ ਕਿਉਂਕਿ ਇਹ ਮੂਵੀ ਸਿਨੇਮਾਘਰਾਂ ਵਿੱਚ ਪਹੁੰਚ ਚੁੱਕੀ ਹੈ ਤੇ ਤੁਹਾਨੂੰ ਇਹ ਮੂਵੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਊਜ਼ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਇਸ ਤਰ੍ਹਾਂ ਦੀਆਂ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਹੋਰ ਵੀ ਤਾਜ਼ਾ ਨਿਊਜ਼ ਜਾਣਨ ਦੇ ਲਈ ਤੁਸੀਂ ਸਾਡਾ ਯੂਟਿਊਬ ਚੈਨਲ gabru.com ਜ਼ਰੂਰ ਸਬਸਕ੍ਰਾਈਬ ਕਰਨਾ ਤੇ ਹੇਠਾਂ ਦਿੱਤੇ ਹੋਏ ਬੈੱਲ ਆਈਕਾਨ ਨੂੰ ਦਬਾ ਕੇ ਨੋਟੀਫਿਕੇਸ਼ਨ ਜ਼ਰੂਰ ਆਨ ਕਰਨਾ। gabru.com ਪੰਜਾਬ ਦਾ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਜ।